ਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ ਨਾਲੇ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂ। ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਸ਼ਹਿਰ ਦੇ ਕਚਹਿਰੀ ਚੌਂਕ 'ਚ ਬੁੱਧਵਾਰ ਨੂੰ ਇੱਕ ਪੁਲਿਸ ਮੁਲਾਜ਼ਮ ਨੇ 3 ਨੌਜਵਾਨਾਂ ਵੱਲੋਂ ਜਾਨਲੇਵਾ ਹਮਲਾ ਕੀਤਾ ਜਿਸ ਦੀ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਜਾਣਕਾਰੀ ਮੁਤਾਬਿਕ ਪੁਲਿਸ ਮੁਲਾਜ਼ਮ ਹਰਪ੍ਰੀਤ ਸਿੰਘ ਜਦ ਅੰਮ੍ਰਿਤਸਰ ਦੇ ਕਚਹਿਰੀ ਚੌਂਕ ਨੇੜੇ ਪੈਂਦੇ ਪੈਟਰੋਲ ਪੰਪ 'ਤੇ ਪਹੁੰਚ ਕੇ ਪੈਟਰੋਲ ਪਵਾਉਣ ਲੱਗਾ ਤਾਂ ਮੋਟਰਸਾਈਕਲ 'ਤੇ ਆਏ 3 ਨੌਜਵਾਨਾਂ ਨੇ ਉਹਨਾਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਅਤੇ ਨਾਲ ਹੀ ਉਹਨਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਹਨਾਂ ਨੇ ਮੁਲਾਜ਼ਮ ਦੀ ਦਸਤਾਰ 'ਤੇ ਵੀ ਬੇਅਦਬੀ ਕੀਤੀ। ਪੁਲਿਸ ਮੁਲਾਜ਼ਮ ਨਾਲ ਕੁੱਟਮਾਰ ਉਪਰੰਤ 3 ਫਰਾਰ ਹੋ ਗਏ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ 3 ਨੌਜਵਾਨਾਂ ਦੀ ਭਾਲ ਵਿੱਚ ਜੁਟ ਗਈ ਹੈ। ਇਹ ਅੱਜ ਵਕਤ ਕਰੀਬ 6 ਵਜੇ ਦੇ ਕਰੀਬ ਸਾਡਾ ਇੱਕ ਪੁਲਿਸ ਕਰਮਚਾਰੀ ਜਿਹੜਾ ਆ ਇਹ ਆਪਣੀ ਡਿਊਟੀ ਦੌਰਾਨ ਜਿਹੜਾ ਆ ਪੁਲਿਸ ਲਾਈਨ ਤੋਂ ਜਿਹੜਾ ਜਾ ਰਿਹਾ ਸੀਗਾ ਪੇਸ਼ੀ ਸੈੱਲ ਦੇ ਵਿੱਚ ਜ਼ਰੂਰੀ ਡਾਕੂਮੈਂਟਸ ਦੇਣ ਵਾਸਤੇ ਪੈਟਰੋਲ ਪਾਉਣ ਵਾਸਤੇ ਜਿਹੜਾ ਇੰਡੀਅਨ ਆਇਲ ਪਲਾਜ਼ਾ ਦਾ ਕਿਚਲੂ ਚੌਂਕ ਦਾ ਜਿਹੜਾ ਪੈਟਰੋਲ ਪੰਪ ਉੱਥੇ ਰੁਕਿਆ ਜਿੱਥੇ 3-4 ਵਿਅਕਤੀ ਜਿਹੜੇ ਉਹ ਆਏ ਔਰ ਆ ਕੇ ਤੈਸ਼ ਦੇ ਵਿੱਚ ਇਹਦੇ ਨਾਲ ਬਹਿਸਬਾਜ਼ੀ ਕਰਨ ਲੱਗ ਪਿਆ। ਇਹਨੇ ਪੁੱਛਿਆ ਵੀ ਤੁਸੀਂ ਕਿਉਂ ਮੇਰੇ ਨਾਲ ਬਹਿਸਬਾਜ਼ੀ ਕਰ ਰਹੇ ਹੋ। ਉਹਨਾਂ ਕਿਹਾ ਵੀ ਤੂੰ ਕਿਸੇ ਪਿੱਛੇ ਬੰਦੇ ਦੇ ਨਾਲ ਐਕਸੀਡੈਂਟ ਕਰ ਗਿਆ। ਉਹਨੇ ਕਿਹਾ ਵੀ ਹੈ ਕਿ ਨਹੀਂ ਮੈਨੂੰ ਇਹਦੇ ਬਾਰੇ ਮੇਰਾ ਕਿਸੇ ਦੇ ਨਾਲ ਐਕਸੀਡੈਂਟ ਨਹੀਂ ਹੋਇਆ, ਤੁਹਾਨੂੰ ਭੁਲੇਖਾ ਲੱਗਾ ਲੱਗਦਾ। ਔਰ ਇਹਨਾਂ ਨੇ ਤੈਸ਼ ਦੇ ਵਿੱਚ ਆ ਕੇ ਉਹਦੇ ਮੋਟਰਸਾਈਕਲ ਦੀਆਂ ਚਾਬੀਆਂ ਖੋਣੀਆਂ ਸ਼ੁਰੂ ਕਰ ਦਿੱਤੀਆਂ ਔਰ ਉਹਦੇ ਨਾਲ ਗੁੱਥਮ ਗੁੱਥਾ ਹੋ ਕੇ ਮਾਰਕ ਟਾਈ ਕੀਤੀ ਆ ਉਹਦੀ, ਇੱਥੋਂ ਤੱਕ ਕਿ ਉਹਦੀ ਵਰਦੀ ਪਾੜ ਦਿੱਤੀ, ਉਹਦੀ ਪਗੜੀ ਉਤਾਰੀ ਔਰ ਉਹਦੇ ਕੇਸਾਂ ਦੀ ਬੇਅਦਬੀ ਕੀਤੀ। ਸਰ ਕੀ ਕਾਰਵਾਈ ਕੀ ਲਿਆਂਦੀ ਜੀ ਅਮਲ ਵੱਲੋਂ? ਕਾਰਵਾਈ ਅਸੀਂ ਸੀਨੀਅਰ ਅਫਸਰਾਂ ਦੇ ਨੋਟਿਸ ਦੇ ਵਿੱਚ ਲਿਆ ਕੇ ਹਦਾਇਤਾਂ ਦੇ ਮੁਤਾਬਕ ਜਿਹੜਾ ਹਰਪ੍ਰੀਤ ਸਿੰਘ ਦਾ ਬਿਆਨ ਲਿਖ ਕੇ ਮੁਕੱਦਮਾ ਦਰਜ ਕਰ ਰਹੇ ਹਾਂ। ਉਹਦਾ ਮੈਡੀਕਲ ਵੀ ਕਰਵਾਇਆ ਜਾ ਰਿਹਾ ਔਰ ਜਿਹੜੇ ਪਰਸਨ ਨੇ ਕਰਤੂਤ ਕੀਤੀ ਆ ਉਹਨਾਂ ਨੂੰ ਛੇਤੀ ਤੋਂ ਛੇਤੀ ਗ੍ਰਿਫਤਾਰ ਕਰਕੇ ਸਲਾਕਾਂ ਦੇ ਪਿੱਛੇ ਤੱਕ। ਪੁਲਿਸ ਜਿਹੜੀ ਆ ਇਹ ਪਬਲਿਕ ਦੀ ਰਾਖੀ ਵਾਸਤੇ ਬਣੀ ਆ, ਅਸੀਂ ਦਿਨ ਰਾਤ ਇਹਨਾਂ ਵਾਸਤੇ ਭੱਜੇ ਫਿਰਦੇ ਹਾਂ, ਲੇਕਿਨ ਅਗਰ ਕੋਈ ਉੱਠ ਕੇ ਇਹੋ ਜਿਹੀ ਹਰਕਤ ਕਰੂਗਾ ਉਹਨੂੰ ਬਖਸ਼ਿਆ ਨਹੀਂ ਜਾਊਗਾ। ਸਰ ਜਿਹੜੇ ਅਸੀਂ ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼, ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ, ਪੰਜਾਬ TV ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ TV, ਸੱਚ ਅਤੇ ਹੱਕ ਦੀ ਆਵਾਜ਼।